ਸਤਿ ਸ਼੍ਰੀ ਅਕਾਲ ਜੀ ਅੱਜ ਆਏ ਹਾਂ ਅਸੀਂ ਪ੍ਰਭਾਵਿਤ ਗੋਇਲ ਜੀ ਕੋਲ ਉਹਨਾਂ ਦੇ ਸਿਟੀ ਕਲੀਨਿਕ ਜੋ ਕਿ ਸਰਕਾਰੀ ਹੋਸਪਿਟਲ ਸਾਹਮਣੇ ਸਥਿਤ ਹੈ ਕੋਟਕਪੂਰਾ ਆਓ ਮੁਲਾਨੇ ਤੁਹਾਨੂੰ ਇੱਕ ਮਰੀਜ਼ ਨਾਲ ਇਹਨਾਂ ਦੀ ਸੁਣਦੇ ਹਾਂ ਤਕਲੀਫ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਮੈਡਮ ਪਿੰਡ ਜੀਦਾ ਜ਼ਿਲ੍ਹਾ ਬਠਿੰਡਾ ਕੀ ਨਾਂ ਹੈ ਜੀ ਤੁਹਾਡਾ ਗੁਰਲਾਲ ਸਿੰਘ ਜੀ ਅਤੇ ਕੀ ਤਕਲੀਫ ਸੀ ਤੁਹਾਨੂੰ ਮੇਰੇ ਸੈੱਲ ਬਹੁਤ ਜ਼ਿਆਦਾ ਘੱਟ ਰਹਿੰਦੇ ਸੀ ਅਤੇ ਟਾਈਫਾਇਡ ਰਹਿੰਦਾ ਸੀ ਹਮੇਸ਼ਾ ਜੀ ਅਤੇ ਬੀ ਪੀ ਲੋਅ ਰਹਿੰਦਾ ਜੀ ਪੇਟ ਦੀ ਵੀ ਕੋਈ ਤਕਲੀਫ ਸੀ ਪੇਟ ਦੀ ਤਕਲੀਫ ਸੀ ਜੀ ਕਿੰਨੀ ਪੁਰਾਣੀ ਸੀ ਤਕਲੀਫ ਤੁਹਾਡੀ ਬਹੁਤ ਜ਼ਿਆਦਾ ਜੀ ਕਿੰਨੇ ਭੇਜਿਆ ਤੁਹਾਨੂੰ ਇੱਥੇ ਮੈਨੂੰ ਜੀ ਮੇਰੇ ਦੋਸਤ ਨੇ ਭੇਜਿਆ ਇੱਥੇ ਅਤੇ ਕਿੱਥੋਂ ਕਿੱਥੋਂ ਇਲਾਜ ਕਰਵਾ ਚੁੱਕੇ ਸੀ ਤੁਸੀਂ ਜੀ ਬਹੁਤ ਹੀ ਦੂਰ ਦੂਰ ਤੱਕ ਜੀ ਯੂਪੀ ਦੇ ਵਿੱਚੋਂ ਵੀ ਬਹੁਤ ਦਵਾਈਆਂ ਖਾ ਚੁੱਕਿਆ ਰੈਨਾਡਸ ਵੀ ਖਾਧੀ ਜੀ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ ਅਤੇ ਇਸ ਤੋਂ ਬਾਅਦ ਜਦੋਂ ਮੇਰੇ ਦੋਸਤ ਨੇ ਮੈਨੂੰ ਕਿਹਾ ਵੀ ਤੂੰ ਭਾਵਤ ਗਿਓੜ ਕੋਲ ਜਾ ਵੀ ਉੱਥੇ ਤੇਰੀ ਹਰ ਬਿਮਾਰੀ ਦਾ ਇਲਾਜ ਹੋਊਗਾ ਅਤੇ ਵਿਸ਼ਵਾਸ ਕਰਕੇ ਜੀ ਮੈਂ ਇੱਥੇ ਆ ਗਿਆ ਇੱਥੇ ਬਿਲਕੁਲ ਜੀ ਮੈਂ ਠੀਕ ਹਾਂ ਖਰਚਾ ਕਿੰਨਾ ਕੁ ਆ ਗਿਆ ਸੀ ਤੁਹਾਡਾ ਪਹਿਲਾਂ ਮੇਰਾ ਖਰਚਾ ਕਰੀਬ 3-4 ਹਜ਼ਾਰ ਰੁਪਇਆ ਆ ਗਿਆ ਜੀ ਅਤੇ ਕਿੱਥੇ ਮੈਂ ਲੱਖਾਂ ਰੁਪਇਆ ਲਾ ਚੁੱਕਾ ਅਤੇ ਆਰਾਮ ਆ ਜਾਂਦਾ ਸੀ ਤੁਹਾਨੂੰ ਪਹਿਲਾਂ ਪਹਿਲਾਂ ਜੀ ਆਰਾਮ ਬਹੁਤ ਜ਼ਿਆਦਾ ਪਹਿਲਾਂ ਆਰਾਮ ਕੁਛ ਦਿਨਾਂ ਲਈ ਆਉਂਦਾ ਜਿੰਨਾ ਟਾਈਮ ਦਵਾਈ ਖਾਂਦਾ ਇਸ ਤੋਂ ਬਾਅਦ ਜੀ ਫਿਰ ਉਹੀ ਹਾਲ ਅਤੇ ਇੱਥੋਂ ਤੁਹਾਨੂੰ ਆਰਾਮ ਆ ਚੁੱਕਾ ਹੁਣ ਹਾਂਜੀ ਬਿਲਕੁਲ ਠੀਕ ਹੈ ਜੀ ਇੱਥੋਂ ਅਤੇ ਜੋ ਤੁਸੀਂ ਪਹਿਲਾਂ ਇਲਾਜ ਕਰਵਾ ਰਹੇ ਸੀ ਡਾਕਟਰ ਕੀ ਕਹਿੰਦੇ ਸੀ ਉਦੋਂ ਹਾਂਜੀ ਜਦੋਂ ਤੁਸੀਂ ਪਹਿਲਾਂ ਹੋਰਾਂ ਡਾਕਟਰਾਂ ਤੋਂ ਵੀ ਇਲਾਜ ਕਰਾਇਆ ਉਦੋਂ ਡਾਕਟਰਾਂ ਦਾ ਕੀ ਕਹਿਣਾ ਸੀ ਤੁਹਾਡੇ ਬਾਰੇ ਉਹ ਜੀ ਇਹੀ ਕਹਿਣਾ ਸੀ ਤੁਸੀਂ ਠੀਕ ਹੋ ਤੰਦਰੁਸਤ ਹੋ ਅਤੇ ਜਾਓ ਤੁਸੀਂ ਇਹ ਦਵਾਈ ਨਾਲ ਬਿਲਕੁਲ ਠੀਕ ਹੋ ਜਾਓਗੇ ਜੀ ਆਰਾਮ ਆ ਜਾਂਦਾ ਸੀ ਪਰ ਤੁਹਾਨੂੰ ਫਿਰ ਆਰਾਮ ਆਉਂਦਾ ਸੀ ਕੁਛ ਪਰਸੈਂਟ ਆਉਂਦਾ ਸੀ ਫਿਰ ਉਹੀ ਹਾਲ ਜੀ ਬਿਮਾਰੀ ਦੱਬ ਜਾਂਦੀ ਸੀ ਜਦੋਂ ਤੁਸੀਂ ਇੱਥੇ ਆਏ ਸੀ ਉਦੋਂ ਤੁਹਾਡਾ ਕੀ ਹਾਲ ਸੀ ਉਦੋਂ ਹੀ ਮੇਰਾ ਬਹੁਤ ਬੁਰਾ ਹਾਲ ਸੀ ਅਤੇ ਕੀ ਤਕਲੀਫ ਸੀ ਮੇਰੀ ਤਕਲੀਫ ਸੀ ਮੇਰੇ ਸੈੱਲ ਬਹੁਤ ਘਟੇ ਹੋਏ ਸੀਗੇ 60,000 ਹੀ ਸੈੱਲ ਸੀ ਅਤੇ ਬੀ ਪੀ ਲੋਅ ਸੀਗਾ ਜੀ ਮੇਰਾ ਬਹੁਤ ਹੀ ਜ਼ਿਆਦਾ ਬੀ ਪੀ ਲੋਅ ਸੀ ਅਤੇ ਸਰੀਰ ਮੇਰਾ ਬਹੁਤ ਹੀ ਜ਼ਿਆਦਾ ਕਮਜ਼ੋਰ ਸੀਗਾ ਜੀ ਜਿਹਦੇ ਕਰਕੇ ਮੈਂ ਕੰਮ ਕਰਨ ਦੇ ਬਾਵਜੂਦ ਮੰਨ ਲਾ ਵੀ ਕੰਮ ਕਰਕੇ ਅਤੇ ਡਿੱਗ ਪੈਂਦਾ ਸੀਗਾ ਵੀ ਮੰਨ ਲਾ ਬਹੁਤ ਹੀ ਜ਼ਿਆਦਾ ਬੁਖਾਰ ਹੋ ਜਾਂਦਾ ਜੋ ਤੁਸੀਂ ਪਹਿਲਾਂ ਇਲਾਜ ਕਰਾ ਰਹੇ ਸੀ ਹੋਰਾਂ ਡਾਕਟਰਾਂ ਤੋਂ ਉਦੋਂ ਤੁਹਾਨੂੰ ਦਾਖਲ ਵੀ ਕੀਤਾ ਗਿਆ ਕਿਤੇ ਹਾਂਜੀ ਬੋਤਲਾਂ ਬਹੁਤ ਜ਼ਿਆਦਾ ਲਵਾਈਆਂ ਟੀਕੇ ਵੀ ਲੱਗਦੇ ਰਹੇ ਹਾਂ ਟੀਕੇ ਵੀ ਬਹੁਤ ਜ਼ਿਆਦਾ ਲੱਗਦੇ ਰਹੇ ਤੁਸੀਂ ਇੱਥੇ ਆਏ ਹੋ ਇੱਥੇ ਕਿੰਨੀ ਦੇਰ ਇਲਾਜ ਚੱਲਿਆ ਤੁਹਾਡਾ ਇੱਥੇ ਮੇਰਾ 1 ਮਹੀਨਾ ਇਲਾਜ ਚੱਲਿਆ ਜੀ ਅਤੇ ਖਰਚਾ ਕਿੰਨਾ ਕੁ ਆ ਗਿਆ ਤੁਹਾਡਾ ਮੇਰਾ 3,000 ਦੇ 3-4 ਹਜ਼ਾਰ ਦੇ ਕਰੀਬ ਆ ਗਿਆ ਜੀ ਅਤੇ ਦਾਖਲ ਵਗੈਰਾ ਕੀਤਾ ਤੁਹਾਨੂੰ ਨਾ ਜੀ ਕੋਈ ਜਾਂ ਕੋਈ ਬੋਤਲ ਟੀਕਾ ਲੱਗਿਆ ਨਾ ਜੀ ਨਾ ਇਲਾਜ ਕਿਵੇਂ ਲੱਗਿਆ ਤੁਹਾਨੂੰ ਡਾਕਟਰ ਬਹੁਤ ਵਧੀਆ ਜੀ ਬਾਕੀਆਂ ਨਾਲੋਂ ਫਰਕ ਹੈ ਇਲਾਜ ਦਾ ਹਾਂਜੀ ਹਾਂਜੀ ਜਾਂ ਦਵਾਈ ਲੈਣ 'ਚ ਕੋਈ ਪਰੇਸ਼ਾਨੀ ਆਉਂਦੀ ਤੁਹਾਨੂੰ ਨਾ ਜੀ ਕੋਈ ਨਹੀਂ ਇਲਾਜ ਤੋਂ ਸੰਤੁਸ਼ਟ ਹੋ ਤੁਸੀਂ ਡਾਕਟਰ ਸਾਹਿਬ ਦੇ ਹਾਂਜੀ ਬਿਲਕੁਲ ਬਾਕੀ ਮਰੀਜ਼ਾਂ ਨੂੰ ਕੀ ਸਲਾਹ ਹੈ ਤੁਹਾਡੀ ਫਿਰ ਬਾਕੀ ਮਰੀਜ਼ਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਹਮੇਸ਼ਾ ਲਈ ਤੰਦਰੁਸਤ ਰਹਿਣਾ ਚਾਹੁੰਦੇ ਆ ਤੁਸੀਂ ਤਾਂ ਜੀ ਚੰਗੇ ਥਾਂ ਤੋਂ ਦਵਾਈ ਲਓ ਮੇਰੀ ਤਾਂ ਦੂਜੀ ਇਹੀ ਸਲਾਹ ਜੀ ਭਾਵਤ ਗਿਓੜ ਕੋਲ ਆਓ ਜੀ ਬਿਲਕੁਲ ਤੰਦਰੁਸਤ ਹੋ ਜਾਓਗੇ ਕੋਈ ਜ਼ਿਆਦਾ ਪੈਸਾ ਵੀ ਨਹੀਂ ਲੱਗਦਾ ਬਹੁਤ ਹੀ ਘੱਟ ਇਲਾਜ ਬਹੁਤ ਹੀ ਘੱਟ ਪੈਸੇ ਨਾਲ ਇਲਾਜ ਕੀਤਾ ਜਾਂਦਾ ਇੱਥੇ ਕਿਸੇ ਨੂੰ ਲੁੱਟਿਆ ਨਹੀਂ ਜਾਂਦਾ ਜੀ ਡਾਕਟਰ ਸਾਹਿਬ ਤੁਸੀਂ ਦੱਸੋ ਜੀ ਤੁਹਾਡੇ ਕੀ ਵਿਊਜ਼ ਆ ਜੀ ਮੇਰੇ ਜਿਵੇਂ ਇਹੋ ਜਿਹੇ ਪੇਸ਼ੈਂਟ ਮੇਰੇ ਕੋਲ ਰੋਜ਼ ਦੇ ਕਾਫੀ ਆਉਂਦੇ ਆ ਸੈਂਕੜਿਆਂ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਥਾਂ ਥਾਂ 'ਤੇ ਪੇਸ਼ੈਂਟ ਘੁੰਮਦਾ ਕੋਈ 100-200 ਫੀਸ ਪਿੱਛੇ ਜਾਂ ਤਾਂ ਝਿੱਕ ਜਾਂਦਾ ਜਾਂ ਥੋੜ੍ਹੇ ਬਹੁਤੇ ਕੋਈ ਇਲਾਜ ਦੇ ਖਰਚੇ ਤੋਂ ਡਰ ਜਾਂਦਾ ਉਹ ਸਾਰੇ ਮਰੀਜ਼ਾਂ ਨੂੰ ਮੇਰੀ ਇਹੀ ਸਲਾਹ ਵੀ ਚੰਗੀ ਦਵਾਈ ਖਾਓ ਡਾਕਟਰ ਨੂੰ ਤੁਸੀਂ ਪੂਰੀ ਫੀਸ ਦਿਓ ਉਹਦੀ ਇਲਾਜ ਜਿਹੜਾ ਕੋਈ ਟੈਸਟ ਇੱਕ ਅੱਧਾ ਜਿਹੜਾ ਕੋਈ ਕਰਵਾਉਂਦੇ ਆ ਜਾਂ ਲੋੜੀਂਦਾ ਟੈਸਟ ਹੈਗੇ ਆ ਉਹ ਜ਼ਰੂਰਤ ਅਨੁਸਾਰ ਕਰਵਾਓ ਅਤੇ ਆਯੁਰਵੇਦ ਦੇ ਵਿੱਚ ਇੰਨੀ ਕੁ ਤਾਕਤ ਹੈਗੀ ਹੈ ਵੀ ਆਪਾਂ ਜਿਹੜੀਆਂ ਦਵਾਈਆਂ ਖਾ ਖਾ ਕੇ ਅੱਕ ਚੁੱਕੇ ਹਾਂ ਜਾਂ ਜਿਹੜੀਆਂ ਥੱਬੀਆਂ ਦਵਾਈਆਂ ਦੀਆਂ ਖਾਂਦੇ ਹਾਂ ਲਿਫਾਫੇ ਬੰਨ ਬੰਨ ਕੇ ਬੋਰੀਆਂ ਦੇ ਹਿਸਾਬ ਨਾਲ ਘਰੇ ਦਵਾਈਆਂ ਪਈਆਂ ਸਾਰਿਆਂ ਦੇ ਉਹ ਕੋਈ ਦਵਾਈ ਜ਼ਿਆਦਾ ਖਾਣ ਦੀ ਲੋੜ ਨਹੀਂ ਹੁੰਦੀ ਪੇਸ਼ੈਂਟ ਨੂੰ ਸਿਰਫ ਇੱਕ ਇਲਾਜ ਡਾਇਗਨੋਸ ਦਾ ਫਰਕ ਹੁੰਦਾ ਜਾਂ ਕੋਈ ਜੜੋਂ ਪੱਟਣ ਵਾਲੀ ਆਪਾਂ ਨੂੰ ਦਵਾਈ ਚਾਹੀਦੀ ਹੁੰਦੀ ਹੈ ਜਿਹੜੀ ਕਿ ਇੱਕ ਅੱਧੀ ਦਵਾਈ ਵਧੀਆ ਕੰਮ ਕਰਦੀ ਹੈ ਪੇਸ਼ੈਂਟ 'ਤੇ ਅਤੇ ਉਹ ਦਵਾਈ ਨੂੰ ਪਛਾਣ ਹਰ ਬੰਦੇ ਦਾ ਵੱਸ ਦਾ ਰੋਗ ਨਹੀਂ ਤੁਸੀਂ ਚੰਗੀ ਥਾਂ ਤੋਂ ਇਲਾਜ ਕਰਾਓ ਆਪਦੇ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਦਵਾਈ ਨਾ ਲਓ ਫਿਰ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਵੀ ਆਯੁਰਵੇਦ ਦੇ ਵਿੱਚ ਇਹੋ ਜਿਹੀ ਤਾਕਤ ਹੈ ਵੀ ਜਿਹੜੀ ਤੁਹਾਡੀ ਬਿਮਾਰੀ ਨੂੰ ਜੜੋਂ ਪੁੱਟ ਦਿੰਦੀ ਹੈ ਅਤੇ ਅਸੀਂ ਇਹੀ ਕਹਿੰਦੇ ਹਾਂ ਵੀ ਜੇ ਤੁਸੀਂ ਕਿਸੇ ਨੇ ਕੋਈ ਸਲਾਹ ਵੀ ਕਰਨੀ ਹੈ ਤਾਂ ਮੇਰੇ ਫੋਨ ਨੰਬਰ ਨੀਚੇ ਸਕਰੀਨ 'ਤੇ ਚੱਲ ਰਹੇ ਆ ਤੁਸੀਂ ਮੈਨੂੰ ਪੁੱਛ ਸਕਦੇ ਹੋ ਕੋਈ ਜਿਹੜਾ ਵੀ ਮੇਰੇ ਤੋਂ ਬਣ ਪਾਈ ਮੈਂ ਤੁਹਾਡੀ ਮਦਦ ਕਰੂੰਗਾ ਧੰਨਵਾਦ